ਇਹ ਲਾਲ ਚੰਦ ਜਿਹੜਾ ਮੈਂ ਲੜੂੰਗਾ ਜੀ ਤੁਹਾਡਾ ਡੁਰ। ਵੈਸੇ ਗਰੀਬ ਆਦਮੀ ਬਾਜਵਾ ਸਾਹਿਬ 60 ਲੱਖ ਰੁਪਇਆ ਦਿੱਤਾ ਜੀ ਜਨਾਨੀ ਨੂੰ ਮੈਂ ਇਹਦੇ ਪਿੰਡ ਜਾ ਕੇ ਜਦੋਂ ਮੇਰੀ ਟੈਨਿਓਰ ਸੀ ਮੈਂ ਤੇ ਕਿਸੇ ਨਾਲ ਵੇਟ ਤੇਰ ਕੀਤੀ ਨਹੀਂ। ਮੈਂ ਕਦੀ ਕਿਸੇ ਸਰਪੰਚ ਨੂੰ ਕਿਹਾ ਵੀ ਤੂੰ ਜੁਆਇਨ ਕਰ ਤੇ ਤੈਨੂੰ ਪੈਸੇ ਦਿੰਦਾ। ਮੈਂ ਪੁੱਛਣਾ ਚਾਹੁੰਦਾ ਲਾਲ ਚੰਦ ਤੇਰੇ ਪਿਓ ਦੇ ਪੈਸੇ ਆ ਬਈ? ਪੈਸੇ ਤੇ ਤੁਹਾਡੇ ਆ ਯਾਰ, ਬਾਜਵਾ ਸਾਹਿਬ ਨੂੰ ਪੁੱਛ ਲਓ, ਸੁੱਖੀ ਸਾਹਿਬ ਨੂੰ ਪੁੱਛ ਲਓ, ਸਾਡੇ ਰਾਜਾ ਬੜਿੰਗ ਜੀ ਨੂੰ ਪੁੱਛ ਲਓ। ਸਰਕਾਰ ਕੋਈ ਵੀ ਨੋਟਾਂ ਵਾਲੀ ਮਸ਼ੀਨ ਨਹੀਂ ਲਾਈ ਦਿੰਦੀ ਬਾਈ। ਤੁਸੀਂ ਲੋਕੀ ਟੈਕਸ ਦਿੰਦੇ ਹੋ, ਉਹ ਟੈਕਸ ਖਜ਼ਾਨੇ 'ਚ ਜਾਂਦਾ। ਇਹ ਕਿਤੇ ਉਹਦਾ ਭਗਵੰਤ ਮਾਨ ਦੇ ਪਿਓ ਦਾ ਖਜ਼ਾਨਾ ਥੋੜ੍ਹਾ ਹੈ ਜਾਂ ਨਰਿੰਦਰ ਮੋਦੀ ਦੇ ਪਿਓ ਦਾ ਖਜ਼ਾਨਾ ਥੋੜ੍ਹਾ ਹੈ, ਖਜ਼ਾਨਾ ਸਾਡੇ ਤੁਹਾਡੇ ਲੋਕਾਂ ਦਾ। ਉਹ ਸਾਡੇ ਵਰਗੇ ਦੇ ਚਿੱਟੇ ਪਜਾਮੇ ਕੁਲਤੇ ਵਿੱਚ ਟਾਂਕਾ ਲਾਉਣ ਵਾਲੇ ਹੁੰਦੇ ਆ ਬਈ। ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਇਹ ਫਿਰ ਅੱਗੇ ਇਲੈਕਸ਼ਨ ਆਉਣਾ ਹੀ ਹੈ। ਜਿਹੜੇ ਜਿਹੜੇ ਬੰਦੇ ਇਲੈਕਸ਼ਨ ਲੜਦੇ ਆ ਉਹ ਆਪਣੀ ਸੰਪੱਤੀ ਦਾ ਵੇਰਵਾ ਦਿੰਦੇ ਆ, ਦਿੰਦੇ ਨਹੀਂ ਦਿੰਦੇ? ਇਹਨੂੰ ਪੁੱਛੋ ਲਾਲ ਚੰਦ ਨਹੀਂ ਦਿੱਤੇ ਤਾਂ ਉਹ ਵੀ ਸਾਡੇ ਕੋਲ ਰਿਕਾਰਡ ਹੈ। ਮੇਰੇ ਦੇ ਪੁੱਤਰ ਨੇ ਬਹੁਤ ਕੁਛ ਕਰ ਲਿਆ ਅਤੇ ਮੈਨੂੰ ਕੋਈ ਫਰਕ ਨਹੀਂ। ਅਤੇ ਜਿਹੜੇ ਮੇਰੀ ਵਾਰੀ ਆਉਣੀ ਹੈ, ਹੈ ਅਤੇ ਜਿੰਨੇ ਮੇਰੇ ਭਰਾ ਤੁਸੀਂ ਜਿਹਨਾਂ ਨਾਲ ਤਸ਼ੱਦਦ ਹੋਈ ਹੈ, ਇਹ ਪੁੱਤਰ ਤਿਆਰੀ ਕਰੇ। ਇਹ ਲਾਲ ਚੰਦ ਇਹਨੂੰ ਮੈਂ ਪੀਲਾ ਚੰਦ ਕਰਕੇ ਛੱਡਾਂਗਾ, ਬਿਲਕੁਲ ਚਿੰਤਾ ਨਹੀਂ ਕਰਿਓ ਤੁਸੀਂ ਸਾਰੇ ਤਗੜੇ ਆਪਾਂ। ਇਸ ਕਰਕੇ ਮੇਰੀ ਤੁਹਾਡੀ ਸਾਰਿਆਂ ਕੋਲ ਬੇਨਤੀ ਆ, ਅੱਜ ਧਰਨਾ ਦੇ ਰਹੇ ਆਪਾਂ ਜ਼ਮੀਨ ਦਾ, ਕਿੱਡਾ ਕੋਟਬੱਧ ਵਧੀਆ ਬਣਾਇਆ ਨਾ, 92 MLA ਅਤੇ 92 ਕਿੱਲੇ, ਇੱਕ ਇੱਕ ਕਿੱਲਾ ਦੇਣਾ ਤਾਂ ਪਿਓ ਦਾ ਜਿਹਾ ਹੈ। ਇਹ ਬਿਲਕੁਲ ਚਿੰਤਾ ਨਹੀਂ ਕਰਿਓ, ਸਭ ਕੁਝ ਬਰਾਮਦ ਕਰ ਲੈਣਾ, ਮੈਨੂੰ ਸਭ ਪਤਾ ਕਿੱਥੇ ਕਿੱਥੇ ਕੀ ਆ। ਖਹਿਰਾ ਸਾਹਿਬ ਤਗੜੇ ਆਦਮੀ ਨੇ, ਪੂਰੇ ਤਰੀਕੇ ਨਾਲ ਬੋਲਦੇ ਆ। ਪ੍ਰਤਾਪ ਸਿੰਘ ਬਾਜਵਾ ਵਧੀਆ ਪੜ੍ਹੇ ਲਿਖੇ, ਉਹ ਐਨ ਫਸਲਾ ਕਰਕੇ ਪੜ੍ਹਿਆ ਲਿਖਿਆ ਨੂੰ ਵੀ ਸਮਝਾ ਦਿੰਦੇ ਆ, ਅਨਪੜ੍ਹ ਬੰਦੇ ਨੂੰ ਵੀ ਸਮਝਾ ਦਿੰਦੇ ਆ। ਬਿਲਕੁਲ ਘਬਰਾਉਣਾ ਨਹੀਂ ਤੁਸੀਂ ਬਈ, ਹੁਣ ਤਾਂ ਸਰਕਾਰ ਸਾਡੀ ਆਉਣੀ ਅੱਗੇ, ਹੁਣ ਕੋਈ ਕੈਪਟਨ ਕੁਪਟਨ ਦਾ ਰੋਲ ਹੈ ਨਹੀਂ। ਕੈਪਟਨ ਵੀ ਜਿੰਨਾ ਕੁ ਕੁਛ ਕਰਨਾ ਕਰ ਲਿਆ ਤਾਂ ਕਰੇ ਡਰਿਆ ਸੀ ਬਈ, ਕੈਪਟਨ ਦੇ ਸਾਹਮਣੇ ਤੁਹਾਡੇ ਸਾਹਮਣੇ ਕਿਹਾ ਹੀ ਨਹੀਂ ਮੈਂ ਸਰਦਾਰ ਪ੍ਰਤਾਪ ਸਿੰਘ ਬਾਜਵੇ ਦਾ ਬੰਦਾ, ਕਿਹਾ ਨਹੀਂ ਗਿਆ 10,000 ਬੰਦੇ ਦੇ ਵਿੱਚ। ਇਸ ਕਰਕੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਇਹ ਕੁੱਤੀਆਂ ਬਿੱਲੀਆਂ ਕੋਲ ਜਾਣ ਦੀ ਤੁਹਾਨੂੰ ਜ਼ਰੂਰਤ ਕੋਈ ਨਹੀਂ। ਇਹ ਤੁਹਾਡਾ ਭਰਾ ਖੜਾ ਬਾਜਵਾ ਸਾਹਿਬ ਕੋਲ, ਮੈਂ ਲਾਸਟ 'ਚ ਗੱਲ ਕਹਿ ਦੇਣਾ। ਕੁਛ ਬੰਦਿਆਂ ਦੇ ਦਿਮਾਗ 'ਚ ਇਹ ਗੱਲ ਸੀ ਵੀ ਜੋਗਿੰਦਰਪਾਲ ਬਿਮਾਰ ਹੈ, ਇਹਨੇ ਤਾਂ ਤੁਰ ਜਾਣੇ ਤਾਂ ਸਾਡੀ ਵਾਰੀ ਆ ਜੇ, ਹੈਂ ਇਹਨਾਂ ਦੀ ਵਾਰੀ ਤਾਂ ਮੈਂ ਮੜੀਆਂ ਤੋਂ ਗਾਂਹ ਤੱਕ ਵਜਾਵਾਂਗਾ, ਬਿਲਕੁਲ ਚਿੰਤਾ ਨਹੀਂ ਕਰਿਓ। ਮੇਰੇ ਹਲਕੇ 'ਚ ਬਾਜਵਾ ਸਾਹਿਬ ਜੇ ਕਿਸੇ ਨੇ ਇੰਟਰਫੇਅਰ ਕੀਤਾ ਤੇ ਮੈਂ ਉਹਨੂੰ ਚੱਕੀ ਵਾਲਾ ਪੋਲਣੇ ਜੇ ਟੱਪਣ ਦੇਣਾ, ਹੁਣ ਇਹ ਭੁਲੇਖੇ 'ਚ ਨਾ। ਜਿਸ ਆਦਮੀ ਦਾ ਲੀਡਰ ਚੰਗਾ ਹੁੰਦਾ ਤੁਸੀਂ ਮੈਨੂੰ ਦੱਸੋ, ਬੰਦਾ ਬਿਮਾਰ ਹੁੰਦਾ ਡਾਕਟਰ ਚੰਗਾ ਰੱਖਿਆ ਹੁੰਦਾ, ਕੋਈ ਲੜਾਈ ਪੈ ਜਾਂਦੀ ਹੈ ਤਾਂ ਆਪਣਾ ਵਕੀਲ ਚੰਗਾ ਰੱਖਿਆ ਹੁੰਦਾ, ਅਤੇ ਯਾਰ ਆਪਣਾ ਰਾਜਨੀਤਿਕ ਗੁਰੂ ਵੀ ਚੰਗਾ ਰੱਖਣਾ ਚਾਹੀਦਾ। ਮੈਂ ਚੇਲਾ ਸੀ ਰੋਗਨਾਥ ਸਾਹਿਬ ਪੁਰੀ ਦਾ, ਮੇਰਾ ਭਰਾ ਸੀ ਚੌਰੀ ਲਾਲ ਸਿੰਘ MP ਕਠੂਆ, ਮੇਰੇ ਵੱਡੇ ਭਰਾ ਸਰਦਾਰ ਪ੍ਰਤਾਪ ਸਿੰਘ ਬਾਜਵਾ। ਮੈਂ 5 ਸਾਲਾਂ ਦੇ ਵਿੱਚ ਮੈਂ ਨਹੀਂ ਕੀਤੀ ਕਿਸੇ ਦੀ ਪਰਵਾਹ ਬਈ, ਅਤੇ ਮੈਂ ਪਰਵਾਹ ਅੱਜ ਵੀ ਨਹੀਂ ਕਰਦਾ। ਇਹ ਜਿਹੜੇ ਜਿਹੜੇ ਬੰਦੇ ਸੁਣਦੇ ਨਾ ਇਹ ਹੁਣ ਸੁਣ ਲੈਣ, ਮੈਂ ਡਮਟਾਲ ਤੋਂ ਪਰੇ ਪਰੇ ਰੱਖਣਾ, ਮੈਂ ਇੱਧਰ ਨਹੀਂ ਰੱਖਣਾ। ਇਸ ਕਰਕੇ ਮੇਰੀ ਬੇਨਤੀ ਆ।